ਸ਼੍ਰੀਕਾਲ ਜੀ ਸਾਰਿਆਂ ਨੂੰ ਮੈਂ ਮਹਿੰਦਰ ਕੌਰ ਮੈਨੇਜਿੰਗ ਡਾਇਰੈਕਟਰ ਫਲਾਈ ਬਰਾਡ ਇਮੀਗ੍ਰੇਸ਼ਨ ਅੰਮ੍ਰਿਤਸਰ ਤੋਂ ਅੱਜ ਮੈਂ ਇੱਕ ਵੀਡੀਓ ਆਪਣੇ ਸਟੂਡੈਂਟਸ ਵਾਸਤੇ ਇੱਥੇ ਜਿਹੜੀ ਹੈਗੀ ਹੈ ਵੀਡੀਓ ਸ਼ੂਟ ਕਰਵਾ ਰਹੀ ਹਾਂ ਨੌਲੇਜ ਦੇਣ ਵਾਸਤੇ ਬੜੀ ਇਨਫੋਰਮੇਟਿਵ ਵੀਡੀਓ ਹੋਏਗੀ ਸਾਡੀ ਹੈ ਤੁਸੀਂ ਪੂਰੇ ਐਂਡ ਤੱਕ ਇਸ ਵੀਡੀਓ ਨੂੰ ਸੁਣਨਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਵਿਦਆਊਟ ਆਇਲਸ ਦਾ ਜਿਹੜਾ ਵਾ ਦੌਰ ਚੱਲ ਰਿਹਾ ਇਸ ਵੇਲੇ ਆਸਟ੍ਰੇਲੀਆ ਤੇ ਕੈਨੇਡਾ ਦੇ ਵਿੱਚ ਤੇ ਮੈਂ ਕੈਨੇਡਾ ਦੇ ਵਿੱਚ ਕਿਊਬਿਕ ਮੌਂਟਰੀਅਲ ਦੇ ਵਿੱਚ ਇੱਕ ਕਾਲਜ ਲੈ ਕੇ ਆਈ ਹਾਂ ਜਿਸ ਦੇ ਵਿੱਚ ਕਿ ਮੈਂ ਤੁਹਾਨੂੰ ਇੱਥੇ ਦੱਸਾਂਗੀ ਕਿ ਤੁਸੀਂ ਇਸ ਕਾਲਜ ਦੇ ਵਿੱਚ ਕਿਉਂ ਅਪਲਾਈ ਕਰਨਾ ਹੈ ਤੇ ਤੁਹਾਡੇ ਵੀਜ਼ਾ ਚਾਂਸਸ ਕੀ ਹੋਣਗੇ ਤੁਹਾਡਾ ਫੀਸ ਸਟ੍ਰਕਚਰ ਕੀ ਹੋਏਗਾ ਤੁਹਾਡਾ ਇਨਟੇਕ ਕਿਹੜਾ ਹੋਏਗਾ ਤੁਹਾਡੇ ਐਪਲੀਕੇਸ਼ਨ ਫੀ ਲੱਗੇਗੀ ਜਾਂ ਨਹੀਂ ਲੱਗੇਗੀ ਤੁਸੀਂ ਇਸ ਵੀਡੀਓ ਨੂੰ ਪੂਰੇ ਧਿਆਨ ਨਾਲ ਐਂਡ ਤੱਕ ਤੁਸੀਂ ਸੁਣਨਾ ਹੈਗਾ ਆਓ ਆਪਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਐਪਲੀਕੇਸ਼ਨ ਫੀ ਇਸ ਕਾਲਜ ਦੇ ਵਿੱਚ ਤੁਹਾਡੀ ਐਪਲੀਕੇਸ਼ਨ ਫੀ ਵੇਵਰ ਹੈਗੀ ਆ ਤੇ ਕਮਿੰਗ ਇਨਟੇਕ ਹੈ ਜਿਹੜਾ ਉਹ ਤੁਹਾਡਾ ਹੈਗਾ ਮੇਨ ਇਨਟੇਕ ਤੇ ਇਸਦੀ ਜਿਹੜੀ ਡੈਡਲਾਈਨ ਹੈ ਤੁਹਾਡੀ ਆਫਰ ਲੈਟਰ ਅਪਲਾਈ ਕਰਨ ਦੀ ਉਹ ਹੈਗੀ ਹੈ 8 ਅਪ੍ਰੈਲ 8 ਅਪ੍ਰੈਲ ਤੱਕ ਤੁਸੀਂ ਆਪਣੀ ਜਿਹੜੀ ਹੈ ਫਾਈਲ ਦੇ ਨਾਲ ਰਿਲੇਟਡ ਜਿਹੜਾ ਵਾ ਤੁਸੀਂ ਆਪਣਾ ਪ੍ਰੋਸੈਸ ਸਟਾਰਟ ਕਰ ਸਕਦੇ ਹੋ ਸਭ ਤੋਂ ਪਹਿਲਾਂ ਸਟੈਪ ਹੁੰਦਾ ਹੈ ਕਿ ਤੁਸੀਂ ਆਫਰ ਲੈਟਰ ਅਪਲਾਈ ਕਰਨੀ ਹੁੰਦੀ ਹੈ ਆਫਰ ਲੈਟਰ ਦੇ ਚਾਰਜਿਸ ਹੁੰਦੇ ਨੇ ਬਹੁਤ ਸਾਰੇ ਕਾਲਜਿਸ ਦੇ ਵਿੱਚ $100 $150 $200 ਜਾਂ $300 ਬਟ ਜਿਹੜਾ ਮੈਂ ਕਾਲਜ ਲੈ ਕੇ ਆਈ ਹਾਂ ਵਿਦਆਊਟ ਆਇਲਸ ਇਸ ਦੇ ਵਿੱਚ ਤੁਹਾਡੀ ਕੋਈ ਵੀ ਐਪਲੀਕੇਸ਼ਨ ਫੀ ਨਹੀਂ ਹੈ ਨਹੀਂ ਤੇ ਤੁਸੀਂ ਅਕਸਰ ਸੁਣਿਆ ਹੋਗਾ ਵਿਦਆਊਟ ਆਇਲਸ ਵਾਲੇ ਕਾਲਜਿਸ ਯੂਨੀਵਰਸਿਟੀਜ਼ ਹੁੰਦੇ ਉੱਥੇ ਤੁਹਾਡੀ ਕੋਈ ਨਾ ਕੋਈ ਐਪਲੀਕੇਸ਼ਨ ਫੀਸ ਹੁੰਦੀ ਹੈ ਬਟ ਇੱਥੇ ਤੁਹਾਨੂੰ ਐਪਲੀਕੇਸ਼ਨ ਫੀ ਜਿਹੜੀ ਹੈ ਵੇਵਰ ਹੈ ਹੁਣ ਆਪਾਂ ਇੱਥੇ ਗੱਲ ਕਰਾਂਗੇ ਐਕੈਡਮਿਕਸ ਦੇ ਵਿੱਚ ਤੁਹਾਡੇ ਕਿੰਨੇ ਪਰਸੈਂਟੇਜ ਹੋਣੇ ਚਾਹੀਦੇ ਆ ਜੇ ਤੇ ਬੱਚੇ ਨੇ ਪਲੱਸ 2 ਕੀਤੀ ਹੋਈ ਹੈ ਭਾਵੇਂ ਉਹਦਾ 4 ਸਾਲ ਦਾ ਗੈਪ ਹੈ ਭਾਵੇਂ ਉਹਦਾ 5 ਸਾਲ ਦਾ ਗੈਪ ਹੈ ਜੇ ਉਹ ਜਸਟੀਫਾਈ ਕਰਦਾ ਵਾ ਤੇ ਫਿਰ ਉਹ ਬੱਚਾ ਜਿਹੜਾ ਐਲੀਜੀਬਲ ਹੁੰਦਾ ਹੈ ਤੇ ਜਿਹੜੀ ਉਸਦੀ ਪਰਸੈਂਟੇਜ ਦੀ ਆਪਾਂ ਗੱਲ ਕਰੀਏ ਤੇ ਜੇ ਬੱਚੇ ਦੇ 50% ਮਾਰਕਸ ਨੇ ਤੇ ਫਿਰ ਉਸ ਬੱਚੇ ਨੂੰ 6 ਬੈਂਡ ਓਵਰਆਲ ਚਾਹੀਦੇ ਹੋਣਗੇ ਤੇ ਇੱਕ ਮੋਡਿਊਲ ਦੇ ਵਿੱਚ 5 ਵੀ ਹੋਣਗੇ ਤਾਂ ਵੀ ਬੱਚਾ ਐਲੀਜੀਬਲ ਹੋਏਗਾ ਆਪਣੀ ਫਾਈਲ ਅਪਲਾਈ ਕਰਨ ਲਈ ਜੇ ਬੱਚੇ ਦੇ 60% ਮਾਰਕਸ ਹੋਣਗੇ ਤੇ ਫਿਰ ਮੈਨੂੰ ਮਿਨੀਮਮ 55% ਸੌਰੀ ਮੈਨੂੰ ਮਿਨੀਮਮ 5.5 ਬੈਂਡ ਚਾਹੀਦੇ ਹੋਣਗੇ ਓਵਰਆਲ ਤੇ ਦੋ ਮੋਡਿਊਲ ਦੇ ਵਿੱਚ 5 ਵੀ ਚੱਲਣਗੇ ਹਾਂਜੀ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਜੇ ਤੇ ਬੱਚੇ ਦੇ 50% ਮਾਰਕਸ ਨੇ ਤੇ 6 ਬੈਂਡ ਓਵਰਆਲ ਤੇ ਇੱਕ ਦੇ ਵਿੱਚ 5 ਵੀ ਚੱਲਣਗੇ ਜੇ ਬੱਚੇ ਦੇ 60% ਮਾਰਕਸ ਨੇ ਫਿਰ ਉਸ ਤੋਂ 6 ਬੈਂਡ ਲੈਣ ਦੀ ਲੋੜ ਨਹੀਂ ਹੈ ਫਿਰ ਉਹ ਬੱਚਾ 5.5 ਬੈਂਡ ਓਵਰਆਲ ਤੇ ਦੋ ਦੇ ਵਿੱਚ 5 ਹੋਣ ਤਾਂ ਵੀ ਉਹ ਬੱਚਾ ਐਲੀਜੀਬਲ ਹੋਗਾ ਤੇ ਜੇ ਬੱਚੇ ਨੇ ਵੇਵਰ ਲੈਣੀ ਆਈਲੈਟਸ ਦੀ ਉਹਨੇ ਆਈਲੈਟਸ ਆਪਣੀ ਦਾ ਸਰਟੀਫਿਕੇਟ ਨਹੀਂ ਲਗਾਉਣਾ ਤੇ ਉਸ ਬੱਚੇ ਨੂੰ ਜਿਹੜੇ ਉਸਦੇ ਚਾਹੀਦੇ ਹੋਣਗੇ ਮਾਰਕਸ ਉਹ 70% ਮਾਰਕਸ ਚਾਹੀਦੇ ਹੋਣਗੇ ਨਾ ਕਿ 69 ਜਾਂ 68 ਪੂਰੇ 70% ਮਾਰਕਸ ਹੋਣਗੇ ਕਿਸੇ ਵੀ ਸਟੇਟ ਬੋਰਡ ਤੋਂ ਬੱਚੇ ਨੇ ਕੀਤੀ ਹੋਵੇ ਕਿਸੇ ਵੀ ਸਟੇਟ ਦਾ ਬੱਚਾ ਜਿਹੜਾ ਹੈਗਾ ਉਹ ਐਲੀਜੀਬਲ ਹੋਵੇ ਤੇ ਅਪਲਾਈ ਕਰਨ ਲਈ ਤਾਂ ਓਪਨ ਬੋਰਡ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਆ ਉਹ ਬੱਚੇ ਜਿਹੜੇ ਨੇ ਓਪਨ ਬੋਰਡ ਵਾਲੇ ਉਹ ਵੀ ਐਲੀਜੀਬਲ ਹੁੰਦੇ ਨੇ ਕੈਨੇਡਾ ਦੇ ਵਿੱਚ ਅਪਲਾਈ ਕਰਨ ਲਈ ਤੇ ਗ੍ਰੈਜੂਏਸ਼ਨ ਦੀ ਆਪਾਂ ਤਾਂ ਗੱਲ ਕਰੀਏ ਜੇ ਬੱਚਾ ਗ੍ਰੈਜੂਏਟ ਹੈਗਾ ਫਿਰ ਉਸਦੇ ਪਲੱਸ 2 ਦੇ ਮਾਰਕਸ ਇੱਥੇ ਕਾਊਂਟ ਨਹੀਂ ਹੋਣਗੇ ਫਿਰ ਸਾਨੂੰ ਗ੍ਰੈਜੂਏਸ਼ਨ ਦੇ ਵਿੱਚ ਸਿਰਫ 50% ਮਾਰਕਸ ਚਾਹੀਦੇ ਹੋਣਗੇ ਭਾਵੇਂ 8 ਤੋਂ 10 ਸਾਲ ਦੇ ਬੱਚੇ ਦਾ ਗੈਪ ਹੈਗਾ ਏਜ ਦੀ ਆਪਾਂ ਗੱਲ ਕਰੀਏ ਤੇ 38 ਏਜ ਹੋਵੇ ਬੰਦੇ ਦੀ ਜਾਂ ਲੇਡੀ ਦੀ ਮੇਲ ਫੀਮੇਲ ਦੀ ਤੁਸੀਂ ਐਲੀਜੀਬਲ ਹੋਗੇ 38 ਦੀ ਏਜ ਤੱਕ ਅਪਲਾਈ ਕਰਨ ਲਈ ਤੇ ਆਓ ਆਪਾਂ ਤੇ ਗੱਲ ਕਰੀਏ ਕਿ ਪ੍ਰੋਗਰਾਮਸ ਕਿਹੜੇ ਕਿਹੜੇ ਹੋਣੇ ਮੈਂ ਪ੍ਰੋਗਰਾਮ ਤੁਹਾਨੂੰ ਤੇ ਦੱਸ ਦਵਾਂ ਵੈਬ ਡਿਵੈਲਪਮੈਂਟ ਦਾ ਪ੍ਰੋਗਰਾਮ ਹੈਗਾ ਆਫਿਸ ਆਟੋਮੇਸ਼ਨ ਦਾ ਪ੍ਰੋਗਰਾਮ ਹੈਗਾ ਪਲਾਸਟਿਕ ਇੰਜੀਨੀਅਰਿੰਗ ਹੈਗੀ ਹੈ ਤੇ ਮਕੈਨੀਕਲ ਇੰਜੀਨੀਅਰਿੰਗ ਹੈਗੀ ਚਾਰ ਤਰ੍ਹਾਂ ਦੇ ਪ੍ਰੋਗਰਾਮ ਨੇ ਤੇ ਇਹਦੀ ਡਿਊਰੇਸ਼ਨ ਜਿਹੜੀ ਹੈਗੀ ਹੈ 16 ਮਹੀਨੇ 17 ਮਹੀਨੇ ਤੇ 19 ਮਹੀਨੇ ਇਸ ਤਰ੍ਹਾਂ ਕਰਕੇ ਤੇ ਚਾਰ ਪ੍ਰੋਗਰਾਮਸ ਦੇ ਵਿੱਚ 8 ਡਿਊਰੇਸ਼ਨਸ ਹੈਗੀਆਂ ਨੇ 16 17 18 ਤੇ 19 ਹੁਣ ਆਪਾਂ ਇੱਥੇ ਗੱਲ ਕਰਾਂਗੇ ਮੈਂ ਤੁਹਾਨੂੰ ਬੈਂਡ ਰਿਕੁਆਇਰਮੈਂਟ ਦੱਸਦੀ ਐਕੈਡਮਿਕਸ ਦੇ ਪਰਸੈਂਟੇਜ ਤੁਹਾਨੂੰ ਦੱਸ ਦਿੱਤੇ ਆ ਇਨਟੇਕ ਤੁਹਾਨੂੰ ਦੱਸਦੇ ਆ ਹੁਣ ਜਿਹੜਾ ਕਮਿੰਗ ਇਨਟੇਕ ਹੈਗਾ ਤੁਹਾਡਾ ਮੇਨ ਇਨਟੇਕ ਹੈਗਾ ਤੇ 8 ਅਪ੍ਰੈਲ ਤੁਹਾਡੀ ਡੈਡਲਾਈਨ ਹੈਗੀ ਹੈ ਉਸ ਤੋਂ ਅੱਗੇ ਜਾ ਕੇ ਸੈਪਟੈਂਬਰ ਇਨਟੇਕ ਤੁਹਾਨੂੰ ਇੱਥੇ ਮਿਲੇਗਾ ਫਿਰ ਉਸ ਤੋਂ ਅੱਗੇ ਜਾ ਕੇ ਜੈਨ ਇਨਟੇਕ ਤੁਹਾਨੂੰ ਮਿਲੇਗਾ ਹੁਣ ਆਪਾਂ ਤੇ ਗੱਲ ਕਰਾਂਗੇ ਖਰਚੇ ਦੀ ਤੁਸੀਂ ਬਹੁਤ ਸਾਰੀ ਵੀਡੀਓਸ ਏਜੰਸੀਆਂ ਦੇਖੀ ਹੋਣੀਆਂ ਕਿ ਕਿਤੇ $6500 ਫੀਸ ਹੈ ਕਿਤੇ 8000 ਹੈ ਕਿਤੇ 10000 ਜਿੱਥੇ ਕਿ ਵੀਜ਼ਾ ਚਾਂਸਸ ਬਹੁਤ ਘੱਟ ਹੁੰਦੇ ਨੇ 2.5 ਤੋਂ 3 ਲੱਖ ਰੁਪਏ ਵਿੱਚ ਕੋਈ ਵੀ ਬੱਚਾ ਕੈਨੇਡਾ ਨਹੀਂ ਜਾ ਸਕਦਾ ਸਿਰਫ ਇੱਕ ਅਟਰੈਕਟ ਕਰਨ ਦਾ ਇੱਕ ਤਰੀਕਾ ਹੈਗਾ ਵਾ ਏਜੰਸ ਦਾ ਕਿ ਉਹ ਅਟਰੈਕਟ ਕਰਦੇ ਨੇ ਕਿਸੇ ਤਰੀਕੇ ਨਾਲ ਕਿ ਬੱਚਾ ਜਿਹੜਾ ਵਾ ਉਹਨਾਂ ਕੋਲ ਆ ਜਾਵੇ ਤੇ ਵੱਧ ਤੋਂ ਵੱਧ ਉਹਨਾਂ ਦੀ ਫਾਈਲਾਂ ਲਗਾਉਣ ਬਟ ਮੈਂ ਤੁਹਾਨੂੰ ਇੱਥੇ ਇੱਕ ਚੀਜ਼ ਦੱਸਣੀ ਚਾਹੂੰਗੀ ਕਿ ਆਪਣੀ GIC ਵੀ ਪੇ ਕਰਨੀ ਬਹੁਤ ਜ਼ਰੂਰੀ ਹੁੰਦੀ ਕੈਨੇਡਾ ਦੇ ਵਿੱਚ ਵੀਜ਼ਾ ਲੈਣੀ ਤੁਸੀਂ ਆਪਣਾ ਟੋਟਲ ਖਰਚਾ ਦਿਖਾਉਣ ਤੇ ਫਿਰ ਹੀ ਤੁਸੀਂ ਐਲੀਜੀਬਲ ਹੁੰਦੇ ਆ ਹੁਣ ਆਪਾਂ ਇੱਥੇ ਆਪਣੇ ਕਾਲਜ ਦੀ ਗੱਲ ਕਰਾਂਗੇ ਨਾ ਕਿ ਦੂਸਰੇ ਲੋਕਾਂ ਦੀ ਇੱਥੇ ਗੱਲ ਕਰਾਂਗੇ ਮੈਂ ਤੁਹਾਨੂੰ ਦੱਸਾਂ ਇੱਥੇ ਟੋਟਲ ਖਰਚਾ ਤੁਹਾਡਾ ਕਿੰਨਾ ਆਏਗਾ ਬੱਚੇ ਦਾ ਟੋਟਲ $32,000 ਕੈਨੇਡੀਅਨ ਡਾਲਰ $32,000 ਕੈਨੇਡੀਅਨ ਡਾਲਰ ਜਿਹੜੇ ਕਿ ਬਣ ਜਾਂਦੇ ਨੇ ਤੁਹਾਡੀ ਮੈਕਸਿਮਮ ਮੈਂ 60 ਰੁਪਏ ਨਾਲ ਲਗਾਵਾਂ ਤੇ ਤੁਹਾਡਾ 19,20,000 ਦਾ ਖਰਚਾ ਹੈਗਾ ਹਾਂਜੀ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਜੇ ਤੇ ਤੁਸੀਂ ਕਿਸੇ ਵਧੀਆ ਕਾਲਜ ਵਿੱਚ ਐਡਮਿਸ਼ਨ ਲੈਂਦੇ ਹੋ 15 ਤੋਂ 16 ਲੱਖ ਰੁਪਏ ਮਿਨੀਮਮ ਬੱਚੇ ਦਾ ਖਰਚਾ ਆ ਜਾਂਦਾ ਬਟ ਇਸ ਕਾਲਜ ਦੇ ਵਿੱਚ ਤੁਹਾਡਾ 19,20,000 ਰੁਪਏ ਖਰਚਾ ਹੈਗਾ ਉਸ ਦੇ ਵਿੱਚ ਵੀ
खर्चा ज्यादा क्यों हैगा वो मैं तुम्हें इतने दस देव जी आई सी जीवन की जिम्मे कि आप अलग न अपना अकाउंट ओपन करते हैं जी आई सी का बच्चे का तो जी आई सी जी है बैंक में जाती है बट इतने कॉलेज ने सारी अथॉरिटी ली है कॉलेज है जोड़ा वो जी आई सी पे करवाएगा बच्चे को सारे पैसे जोड़े कॉलेज के अकाउंट से ट्रांसफर हो गए 9000 कैनेडियन डॉलर जोड़े ने वो थोड़े जी आई सी देखे जाएंगे अकोमडेशन थोड़ी फ्री होएगी टिल तुम जिन्ना टाइम उत्थे रेंदे हो फूड तुम फ्री नहीं मिलेगी अकोमडेशन मिलेगी ट्रांसपोर्टेशन तुम मिलेगी सी ए क्यू के चार्जिज भी बच्चे ऐड होने लाइब्रेरी की फीस बच्च होएगी सारा खर्चा थोड़ा वन ईयर की ट्यूशन फी होएगी इस तरह करके थोड़े सारा खर्चा मिला के कुल मिला के थोड़े $32,000 तुम इतने पे करने हो इसकी फीस ज़्यादा इस करके हैगी इस कॉलेज की क्योंकि इतने इन्होंने सानू विदाउट आइल्स की एडमिशन देनी है तो प्लस जोड़ा इन्हों का वीज़ा सक्सैस रेट हाई होना वा रीजन यह प्रोडक्ट बिल्कुल नवा लॉन्च होया वा इंडिया के पहला यह इंटरनेशनल लैवल के दूसरी कंट्रीज के स्टूडेंट्स जोड़े ने उत्ते जाते हैं बट इंडिया के बिल्कुल न्यू प्रोडक्ट हैगा वा विदाउट आइल्स का तुम कभी सुनिया नहीं होगा कि विदाउट आइल्स बच्चा जा सकता है बट हाँ इतने फीस ज़्यादा हैगी तद वीज़ा चांसिस हाई ने तद ही जी अथॉरिटी सारी ली है कॉलेज ने कि असी जी आई सी वगैरह पे करवा रहे हैं असी फ्रेंच की फीस पे करवा रहे सी ए क्यू के पैसे लै रहे अकोमडेशन के पैसे लै रहे ट्रांसपोर्टेशन के पैसे लै रहे हैं जिस तो कि साफ जाहिर होएगा कि बच्चा पढ़न वाला हैगा सीरियस स्टूडेंट हैगा जो 19-20 लाख रुपया भर के इतों जा रहा वा तो वीज़ा भी थोड़ा कन्फर्म होएगा हूँ आओ पर गल करेंगे कि बच्चा पढ़ेगा कि उत्थे बहुत सारे लोगों के सवाल होंगे कि फ्रेंच के क्लासिस होंगे ने हाँ जी बिल्कुल सही गल है बच्चा मॉन्ट्रियल जा रहा वा तो फ्रेंच में ही स्टडी होनी है पर उसको बेसिक फ्रेंच है जी इंडिया के कोचिंग मिल जानी है 2 महीने की वो कोचिंग होनी है कॉलेज के वालों जी फ्री जी ट्रेनिंग मिलेगी इंडिया से बैठे जो कि अपनी ऑफर अपलाई कर लेगा ऑफर अपलाई कर लैके वीज़ा आने तक 2 महीने का टाइम एटलीस्ट लग ही जाता वा बच्चे किसी तरह उस 2 महीने के बच्चा बेसिक फ्रेंच जी है कॉलेज वालों उसनों ऑनलाइन करवाई जाएगी उसके कोई पैसे डिडक्ट नहीं होंगे इनकेस वीज़ा नहीं आता हुण इन्होंने फ्रेंच की बेसिक इतने पढ़ाने तो बाद जो सब्जेक्ट्स हो गए बच्चे के वो बिल्कुल टोटली जोड़े हो ट्रांसलेशन जी उसकी पंजाबी दे विच होएगी इस कॉलेज के 3 तरह की लैंग्वेज जूज की जानी ने इंग्लिश पंजाबी जोड़े गुजराती यह 3 ट्रांसलेटर्स उत्थे हो सिर्फ गुजराती पंजाबी दे विच इंग्लिश दे विच इन्होंने ट्रांसलेट करेंगे फ्रेंच के जोड़ा वा ईजी हो जाऊगा तुम्हें एक मातृ भाषा के अपनी स्टडी करनी और एक चीज़ इतने दसा कोई असाइनमेंट्स नहीं है कुछ नहीं है सिर्फ प्रैक्टिकल वर्क इतने है कोई थेरेटिकल वर्क नहीं है प्रैक्टिकली तुम्हें सारा कुछ सिखाया जाऊगा ना एक चीज़ होर दसा बड़ी बड़ी खुशखबरी वाली गल है कि इस कॉलेज के जोड़ा हैगा तो वर्क परमिट के भी राइट्स मिलने तो वर्क परमिट भी जोड़ा है PSW जिन्होंने असं कहने वो भी तुम 3 साल का इतने मिल रहा वा दूसरी चीज़ बच्चा इतने 16-17 महीने तो बाद है PR वास्ते एलीजिबल होएगा कि डायरेक्ट अपनी PR अपलाई करे ना कि उसमें कोई भी PSW की जरूरत हैगी है बट स्टिल उत्ते वर्क परमिट के तुम चांसिस ने अगर तुम वर्क परमिट लेना चाहते हो तुम डायरेक्ट 16-17 महीने स्टडी करने तो बाद डायरेक्टली जोड़ा है अपनी PR वास्ते एलीजिबल होंगे तो अपनी PR लै सकते हो वेरी ईजीली क्योंकि तुम भी जानते हो किसी रीजनल एरिए जो आप अपलाई करते हैं उसे वीज़ा चांसिस हाई होंगे उस एरिए डिवेल्प करने तो जी हाई कमीशन वो भी वीज़ा देती है तो कॉलेज के नाल जब इन्हों की गल हुई हाई कमीशन की उन्होंने कहा कि सारा खर्चा से बच्चे तो खुद पे करवावे तो वीज़ा चांसिस जोड़े है उन्होंने हाई होने हूँ आप गल करा 20 hours per week हूँ 20 hours per week ऑन कैंपस बच्चे जोड़ा वा वो उत्थे जॉब्स दे रहे हैं जिस दे विच के बच्चा मैं तुम्हें दसा इतने कि बच्चा किन्ने पैसे कमा सकता हैगा इतने आप गल करा कि बच्चे के ऑनशोर के जोड़े है कैनेडियन डॉलर जोड़े ने 262 कैनेडियन डॉलर पर वीक है बच्चा जोड़ा कमा सकता वा जिस दे विच के 13 डॉलर पर आवर जी है बच्चे उत्थे कम चार्जिस जोड़े ने वेजिस ने जोड़े बच्चे उत्तर मिलने जोड़े कि कुल मिला के कैनेडियन डॉलर तुम गिणो 262 जोड़े ने पर वीक दे मिलने जिसने आप मल्टीप्लाई करिए तो पर मंथ के 1048 कैनेडियन डॉलर बनते हैं जोड़े कि 59,000 to 60,000 रुपया पर मंथ बच्चा जाते उ कमा अपना शुरू करेगा तो यह सारी चीज़ों के बेनीफिट्स ने थोड़ू फ्रेंच के जोड़ा है नहीं समझ लगेगी तो पंजाबी के ट्रांसलेट किया जाएगा वेरी ईजीली उस चीज़ में जोड़ा वा कवर कर पाओगे तो अपना जोड़ा वा उतों स्टडी जी कंप्लीट कर पाओगे तो ना ही तुम PR वास्ते डायरेक्ट एलीजिबल हो जिस तरह के सस्कैचवन के भी कुछ इस तरह के कॉलेजेस ने इस तरह की सिटीज़ ने इस तरह की जगह ने जिते कि तुम अपनी स्टडी करके डायरेक्ट एलीजिबल होते उस तरीके ने मॉन्ट्रियल जो मैं कॉलेज लेके आई हूँ इतने तुम जो वा 16-17 महीने पढ़ने तो बाद अपना
PR ਲਈ ਐਲੀਜੀਬਲ ਹੁੰਦੇ ਹੋ ਡਾਇਰੈਕਟ ਆਪਣੀ PR ਪਾ ਲੈਂਦੇ ਹੋ। ਹਾਂਜੀ ਫੀਸ ਜ਼ਰੂਰ ਜ਼ਿਆਦਾ ਹੈਗੀ ਹੈ ਅਤੇ 19 ਤੋਂ 19 ਲੱਖ ਰੁਪਏ ਪਰ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਤੁਹਾਨੂੰ ਜਿਹੜਾ ਵਾ ਵਿਦਆਊਟ ਆਈਲਸ ਦੀ ਓਪਰਚੁਨਿਟੀ ਮਿਲੀ ਹੈ ਅਤੇ ਵੀਜ਼ਾ ਸਕਸੈਸ ਰੇਟ ਵੀ 100 ਹੋਏਗਾ ਜਿਵੇਂ ਕਿ 1 ਜਾਂ 2 ਇਨਟੇਕ ਇੱਥੇ ਪੂਰੇ ਹੋ ਜਾਂਦੇ ਨੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਰਸ਼ ਹੋਣ ਵਾਲਾ ਇਸ ਕਾਲਜ ਦੇ ਵਿੱਚ ਹੋ ਸਕਦਾ ਕਿ ਇਨ ਫਿਊਚਰ ਜਿਹੜਾ ਵਾ ਕਿ ਕੰਮ ਘੱਟ ਜਾਵੇ ਅਤੇ ਤੁਹਾਡਾ ਵੀਜ਼ਾ ਜਿਹੜਾ ਵਾ ਚਾਂਸਿਸ ਘੱਟ ਜਾਵੇ ਅਤੇ ਹੁਣ ਤੁਸੀਂ ਅਪਲਾਈ ਕਰ ਸਕਦੇ ਹੋ ਅਤੇ ਹੁਣ ਆਪਣਾ ਵੀਜ਼ਾ ਲੈ ਸਕਦੇ ਹੋ ਜਿਵੇਂ ਕਿ ਯੂਕੇ ਨੇ ਵੀਜ਼ਾਸ ਓਪਨ ਕੀਤੇ ਸੀਗੇ ਬਹੁਤ ਜ਼ਿਆਦਾ ਜਿਹੜਾ ਵਾ ਫਲੋ ਦੇ ਵਿੱਚ ਬੱਚਿਆਂ ਦੇ ਵੀਜ਼ਾਸ ਆਏ ਸੀ ਇਸੇ ਤਰੀਕੇ ਦੇ ਨਾਲ ਕੁਝ ਪ੍ਰੋਡਕਟਸ ਇਸ ਤਰ੍ਹਾਂ ਦੇ ਹੁੰਦੇ ਜਦੋਂ ਮਾਰਕੀਟ ਦੇ ਵਿੱਚ ਸਭ ਦੇ ਕੋਲ ਚਲੇ ਜਾਂਦੇ ਆ ਫਿਰ ਉੱਥੇ ਰਸ਼ ਹੁੰਦੀ ਵਜ੍ਹਾ ਨਾਲ ਫਿਰ ਜਿਹੜਾ ਵਾ ਰਿਫਿਊਜ਼ਲ ਦੇ ਚਾਂਸਿਸ ਜ਼ਿਆਦਾ ਹੁੰਦੇ ਨੇ ਫਿਲਹਾਲ ਇਹ ਪ੍ਰੋਡਕਟ ਕਿਸੇ ਕੋਲ ਨਹੀਂ ਹੈਗਾ ਪੂਰੇ ਪੰਜਾਬ ਦੇ ਵਿੱਚ ਅਸੀਂ ਲੈ ਕੇ ਆਏ ਹਾਂ ਮੌਂਟਰੀਅਲ ਦੇ ਵਿੱਚ ਇਹ ਕਾਲਜ ਹੈ ਅਤੇ ਮੈਂ ਕਾਲਜ ਡਿਸਕਲੋਸ ਨਹੀਂ ਕਰਾਂਗੀ ਤੁਹਾਨੂੰ ਜੇ ਤੁਸੀਂ ਆਪਣੀ ਫਾਈਲ ਅਪਲਾਈ ਕਰਨਾ ਚਾਹੁੰਦੇ ਹੋ ਮੈਨੂੰ ਮੇਰੇ ਨੰਬਰ 'ਤੇ ਕੰਟੈਕਟ ਕਰੋ ਅਪਾਇੰਟਮੈਂਟ ਫਿਕਸ ਕਰੋ ਅਤੇ ਮੇਰੇ ਕੋਲ ਤੁਸੀਂ ਆਓ ਅਤੇ ਮੈਂ ਤੁਹਾਨੂੰ ਪੂਰੀ ਗਾਈਡੈਂਸ ਹੋਰ ਬਰੀਫਲੀ ਦੱਸਾਂਗੀ ਜੇ ਕੋਈ ਚੀਜ਼ ਇੱਥੇ ਰਹਿ ਗਈ ਹੋਵੇ ਤਾਂ ਮੈਂ ਵੈਸੇ ਪ੍ਰੋਗਰਾਮਸ ਦੱਸ ਦੂੰਗੀ ਕਿਹੜੇ ਕਿਹੜੇ ਪ੍ਰੋਗਰਾਮਸ ਲਈ ਐਲੀਜੀਬਲ ਹੋ ਅੱਛਾ ਕਿਹੜੀ ਬੈਕਗ੍ਰਾਉਂਡ ਦੇ ਬੱਚੇ ਮੈਂ ਤਾਂ ਦੱਸ ਦਵਾਂ ਆਰਟਸ ਕਾਮਰਸ ਮੈਡੀਕਲ ਨਾਨ ਮੈਡੀਕਲ ਬੱਚੇ ਸਾਰੇ ਬੱਚੇ ਜਿਹੜੇ ਨੇ ਐਲੀਜੀਬਲ ਮੈਡੀਕਲ ਵਾਲਾ ਬੱਚਾ ਜਿਹੜਾ ਹੈਗਾ ਪਲਾਸਟਿਕ ਇੰਜੀਨੀਅਰਿੰਗ ਵੀ ਜਾ ਸਕਦਾ ਵੈਬ ਡਿਵੈਲਪਮੈਂਟ ਦਾ ਜਿਹੜਾ ਪ੍ਰੋਗਰਾਮ ਹੈਗਾ ਕੰਪਿਊਟਰ ਨਾਲ ਰਿਲੇਟਡ ਬੱਚੇ ਨੇ ਅਗਰ ਆਪਣੀ ਕੀਤੀ ਹੋਈ ਹੈ ਜਾਂ ਨਾਨ ਮੈਡੀਕਲ ਸਟੂਡੈਂਟ ਹੈ ਪਲੱਸ 2 ਦੇ ਵਿੱਚ ਉਹ ਬੱਚਾ ਵੀ ਐਲੀਜੀਬਲ ਹੈਗਾ ਅਗਰ ਗ੍ਰੈਜੂਏਸ਼ਨ ਤੁਸੀਂ ਕੀਤੀ ਹੋਈ ਹੈ BA ਦੇ ਵਿੱਚ ਜਾਂ BBA ਦੇ ਵਿੱਚ ਜਾਂ ਕਿਸੇ ਵੀ ਹੋਰ ਸਟ੍ਰੀਮ ਦੇ ਵਿੱਚ ਤੁਸੀਂ ਵੀ ਐਲੀਜੀਬਲ ਹੋਵੇ ਤੇ ਅਪਲਾਈ ਕਰਨ ਲਈ ਇਸ ਤਰ੍ਹਾਂ ਕਰਕੇ ਬੜੀ ਅੱਛੀ ਓਪਰਚੁਨਿਟੀ ਮੈਂ ਸੂਰਤ ਸੀ ਇੱਥੇ ਲੈ ਕੇ ਆਈ ਹਾਂ ਵਿਦਆਊਟ ਆਈਲਸ ਵਾਸਤੇ ਜਿਵੇਂ ਕਿ ਲੋਕਾਂ ਦਾ ਡ੍ਰੀਮ ਸੀਗਾ ਕਿ ਵਿਦਆਊਟ ਆਈਲਸ ਅਸੀਂ ਕੈਨੇਡਾ ਜਾਣਾ ਅਤੇ ਤੁਸੀਂ ਆਪਣੀ ਫਾਈਲ ਲਗਾ ਕੇ ਦੇਖ ਸਕਦੇ ਹੋ ਤੁਹਾਡੇ ਵੀਜ਼ਾ ਜਿਹੜੇ ਨੇ ਇੱਥੇ ਜ਼ਰੂਰ ਆਉਣਗੇ ਅਤੇ ਤੁਸੀਂ ਮੈਨੂੰ ਮੇਰੇ ਨੰਬਰ 'ਤੇ ਕਾਲ ਕਰ ਸਕਦੇ ਹੋ ਮੇਰਾ ਆਪਣਾ ਪਰਸਨਲ ਨੰਬਰ ਹੈਗਾ 95 17 17 20 20 ਇੱਥੇ 'ਤੇ ਮੈਨੂੰ ਕਾਲ ਕਰਕੇ ਅਪਾਇੰਟਮੈਂਟ ਫਿਕਸ ਕਰੋ ਅਤੇ ਬਰੀਫਲੀ ਮੇਰੇ ਤੋਂ ਇਨਫੋਰਮੇਸ਼ਨ ਲਓ ਥੈਂਕਸ ਅ ਲੋਟ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਇਸ ਵੀਡੀਓ ਨੂੰ ਦੇਖਣਗੇ ਜਾਂ ਲਾਈਕ ਕਮੈਂਟ ਜਾਂ ਸ਼ੇਅਰ ਕਰਨਗੇ।